जी अस्सलाम वालेकुम नाज़रीन, जैसा कि आप जानते हैं मैं हूं अली रज़ा चैनल पीके अपडेट के साथ। अगर आपने अभी तक हमारे चैनल पीके अपडेट को सब्सक्राइब नहीं किया तो इसे सब्सक्राइब कर दें और साथ में बेल आइकन पर भी क्लिक कर दें ताकि आपको हमारी हर आने वाली नई वीडियो बर वक्त मिल सके। आज हम चमन शाह कब्रस्तान CIA स्टाफ के पास मौजूद हैं। एक भाई ने बिल्कुल ही बहुत ही खूबसूरत जो है ना अपने कचले जानवर लेकर आए हुए हैं। हम इनसे जानने की कोशिश करते हैं ये किस रेट पर अपने जानवर सेल कर रहे हैं और कब से लाए हुए हैं और कितने लाए हैं और अब तक कितने सेल कर चुके हैं और कितने खरीदार इनके पास आकर क्या क्या रेट लगा रहे हैं की कोशिश करते हैं। अस्सलाम वालेकुम सर जी। वालेकुम अस्सलाम जी। की नाम है जी अपना? मोहम्मद इमरान जनाब। मोहम्मद इमरान सर जी, ऐस शहर दे हो जी? जी सर जी, ऐस दफा अपने जानवर किन्ने आंदे? ऐस मरतबा 20 जानवर ले आंदे ने। 20 जानवर आंदे ही ते किन्ने सेल होए ने आ दफा? ए राती आए ने। अच्छा, रात दे आंदे ने भी? हां, पिछले हफ्ते दा माल बिक गया ते नया माल आया वे। अच्छा, रात दा माल आया? हां, राती माल आया। ते केड़ी नस्ल दे सर जी जानवर? एक कजले ने जनाब, चौक आदम लिया फतेहपुर। झूठ बोलो तो डेढ़ मन दस दियो प्यार मोहब्बत करके 80,000 रुपए दा हो जाएगा। महंगाई बहुत ज्यादा खरीदार गुंजाइश बहुत सख्त काम हो। 1500 रुपए किलो गोश्त आम बिक रहे जानवर है और इनके पास कजरे नस्ल के जानवर हैं जो कि इनके पास ये वाला 50 और ये वाला 60 और वो वाला 80 फाइनल कह रहे हैं दे देंगे। तुसी किन्ने 20 जानवर आंदे ही? हाँ जी। ते सही है सर जी, कोई आया गाग उग आके कोई रेट शेयर ला के? फिलहाल नहीं, बाजार गए ना लेके। अच्छा, तुहाडे मतलब जेडे इथे काम करदे ने और जानवर बकरा मंडी मेन देते? बिल्कुल उथे स्टॉल आपने? बिल्कुल हां जी, ना दो चाचर नु आके ते बाजारां दे विच सही मैं साफ सफाई करके आंदा ही रहा। बेशक सर जी, किन्ना खर्चा आ रहा रोज इन सारेयां दे? खर्चा जनाब फी लेला जेड़ा तकरीबन 500 रुपया आ जांदा। फी लेला 500 रुपया आ रहा ते चारे दा मतलब तुहानू खर्चा आ रहा काफी? हां जी, पिछले साल दी निस्बत ऐसा ज्यादा 7-8 ਸੌ ਰੁਪਏ ਮਨ ਪਠਾ ਹੈ 2-2.5 ਸੌ ਰੁਪਏ ਮਨ ਪਠਾ ਹੁੰਦਾ ਸੀ ਪਹਿਲਾਂ। ਸਹੀ ਹੈ, ਪਿਛਲੇ ਸਾਲ? ਹਾਂਜੀ। ਤੇ ਸਰ ਜੀ, ਜਿਹੜੇ ਐਸ ਦਫਾ ਖਰੀਦਦਾਰਾਂ ਨੇ ਪਿਛਲੇ ਸਾਲ ਰੇਟ ਲਾ ਰਹੇ ਨੇ ਕਿਉਂਕਿ ਵਾਧੂ ਵੀ ਲਾ ਰਹੇ ਨੇ? ਉਹਨਾਂ ਨੇ ਲਾ ਦੇ ਤਕਰੀਬਨ ਪਿਛਲੇ ਸਾਲ ਦੀ ਨਿਸਬਤ ਅੱਛੇ ਹੀ ਲਗਾ ਰਹੇ ਨੇ ਮਗਰ ਮਹਿੰਗਾਈ ਬਹੁਤ ਜ਼ਿਆਦਾ। ਮਹਿੰਗਾਈ ਮਤਲਬ ਖਾਣ ਪੀਣ ਦੇ ਨਾਲ ਕਾਫੀ ਖਰਚਾ ਆ ਰਿਹਾ। ਬਿਲਕੁਲ ਹਾਂਜੀ। ਤੇ ਸਰ ਜੀ, ਜਿੱਥੋਂ ਤੁਸੀਂ ਲੈ ਕੇ ਆਏ ਹੋ ਹਾਂਜੀ ਤੇ ਚੌਂਕ ਆਦਮ ਕਹਿ ਰਹੇ ਹਾਂਜੀ ਤੇ ਉੱਥੋਂ ਤੁਹਾਡੇ ਜਾਨਵਰ ਆਣ ਦੇ ਕਿੰਨਾ ਖਰਚਾ ਉਹਨਾਂ ਦੇ ਆਣ ਦਾ ਖਾਲੀ? 700 ਰੁਪਏ ਫੀ ਲੈ ਲਾਇਆ ਜਨਾਬ। 700 ਰੁਪਏ ਫੀ ਲੈਂਦਾ? ਮਤਲਬ ਜਿਵੇਂ ਕਿ ਅਸੀਂ ਜਾਣਦੇ ਆ ਆਣਿਆ ਤੁਹਾਨੂੰ ਸੀਟ ਦੇ ਪੈਸੇ ਦੇਣੇ ਪੈਂਦੇ ਨੇ, ਐਵੇਂ ਇਹਨਾਂ ਦੇ ਵੀ ਸੀਟ ਦਾ ਹਿਸਾਬ ਹੁੰਦਾ ਕਿ ਉਹਨਾਂ ਨੇ ਇਹ ਜਿਹੜੇ ਗੱਡੀ 'ਚ ਲਦਨੇ ਨੇ ਨਾ ਤੁਸੀਂ? ਹਾਂਜੀ। ਤੇ ਉਹ ਜਿੰਨੇ ਵੀ ਜਾਨਵਰ ਨੇ ਫਿਰ ਡਿਵਾਈਡ ਹੋ ਜਾਂਦਾ ਆਪਸ ਦੇ ਵਿੱਚ? ਸਹੀ ਹੈ। ਜਾਂ ਗੱਡੀ ਬੁੱਕ ਕਰ ਦਿਓ ਕਿ ਇੱਕ ਲੇਲੇ ਦੇ ਹਿਸਾਬ ਨਾਲ ਅਗਲੇ ਪੈਸੇ ਲੈਂਦੇ ਨੇ ਤੁਹਾਡੇ ਕੋਲ? ਗੱਡੀ ਬੁੱਕ ਕਰ ਲਈਦੀ ਹੈ ਨਾ, ਜਿੰਨੇ ਜਾਨਵਰ ਆਣ ਜਿੰਨਾ ਖਰਚਾ ਹੋਵੇ ਉਹਨਾਂ ਤੇ ਪਾ ਦੇਈਦਾ ਹੁੰਦਾ। ਸਹੀ ਹੈ। ਤੇ ਸਰ ਜੀ, ਇਹ ਤੁਹਾਡੇ ਕੋਲ ਜਰਾ ਛੋਟੇ ਜਾਨਵਰ ਲੱਗ ਰਹੇ ਨੇ। ਹਾਂਜੀ। ਇਹ ਕੀ ਹੈ ਮੂੰਹ? ਇਹ ਵੀ ਦੁੰਦਾ ਹੈ। ਦੁੰਦਾ ਹੈ? ਹਾਂਜੀ। ਤੇ ਕਿੰਨਾ ਗੋਸ਼ਾ ਸਾਫ ਹੀ ਨਿਕਲ ਆਏਗਾ ਇਹਦੇ ਵਿੱਚ? ਇਹਦੇ ਵਿੱਚ ਵੀ 28 ਕਿਲੋ ਹੋਣਾ। 28 ਕਿਲੋ ਹੋਣਾ? ਹਾਂ। ਤੇ ਡਿਮਾਂਡ ਕਿੰਨੀ ਹੈ ਫਾਈਨਲ ਜਿਹੜੀ? 50,000। 50,000? ਹਾਂ। ਤੇ ਸਰ ਜੀ, ਜਿਹੜੇ ਤੁਹਾਡੇ ਬੰਦੇ ਉੱਥੇ ਲੈ ਕੇ ਜਾਂਦੇ ਨੇ, ਠੀਕ ਹੈ, ਉਹਨਾਂ ਕੋਲ ਜਾਨਵਰ ਲੋਕੀ ਆ ਕੇ ਜ਼ਿਆਦਾ ਖਰੀਦ ਰਹੇ ਨੇ ਕਿ ਇੱਥੇ ਵੀ ਆ ਰਹੇ ਨੇ ਤੁਹਾਡੇ ਕੋਲ ਮੇਨ ਫਾਰਮ ਦੇ ਉੱਤੇ? ਬਾਹਰ ਜਦੋਂ ਜਾਂਦੇ ਨੇ ਉੱਥੇ ਜ਼ਿਆਦਾ ਵਿਕਦੇ ਨੇ, ਨਾਰਮਲ ਰੂਟੀਨ ਦੇ ਵਿੱਚ ਤੇ। ਸਹੀ, ਮਤਲਬ ਲੋਕਾਂ ਨੇ ਇਹ ਜਗ੍ਹਾ ਦਾ ਲੈਣਾ ਪਤਾ ਨਹੀਂ ਹੈ। ਇਹ ਜਗ੍ਹਾ ਤੇ ਉਹ ਜਾਂਦੇ ਨੇ ਜਦੋਂ ਈਦ ਨਜ਼ਦੀਕ ਆ ਜਾਂਦੀ ਨਾ, ਫਿਰ ਜਿਹੜਾ ਜਾਨੂ ਵਾਕਬ ਗਾ ਕੇ ਨਾ ਤਲਕਦਾਰ, ਉਹ ਫਿਰ ਜ਼ਿਆਦਾ ਇਧਰਲੇ ਪਾਸੇ ਆਉਂਦਾ। ਤੁਹਾਡੇ ਖਿਆਲ ਨਾਲ ਲੋਕਾਂ ਨੂੰ ਖਰੀਦਦਾਰੀ ਹੋਣੀ ਜਾਨਵਰਾਂ ਦੀ ਕਰ ਲੈਣੀ ਚਾਹੀਦੀ ਹੈ ਕਿ ਈਦ ਤੇ ਕੋਲ ਕਰਨ ਰੇਟ ਦੇ ਮੁਤਾਬਿਕ? ਜਿਨ੍ਹਾਂ ਵਿੱਚ ਉਹਨਾਂ ਦਾ ਭਲਾ ਹੋਵੇ ਉਹ ਹੋਣਾ ਤੇ ਉਹ ਚਾਹੀਦਾ ਹੈ, ਮਗਰ ਹੁਣ ਕਰ ਲੈਣ ਤੇ ਉਹਨਾਂ ਦੇ ਉਹਨਾਂ ਵਾਸਤੇ ਜ਼ਿਆਦਾ ਅੱਛਾ ਹੈ। ਨਾ ਸਵਾਰਾ ਰਹੇਗਾ, ਮਤਲਬ ਭਈ ਕਿ ਜਾਨਵਰ ਰੇਟ ਇਸ ਟਾਈਮ ਕਮ ਨੇ? ਬਿਲਕੁਲ, ਇਸ ਟਾਈਮ ਘਟ ਨੇ ਤੇ ਉਹਨਾਂ ਦੇ ਵਾਰੇ ਵਾਸਤੇ ਵੀ ਈਦ ਤੇ ਰੇਟ ਈਦ ਦੇ ਉੱਤੇ ਤੇਜ਼ ਵੀ ਹੋ ਜਾਏਗਾ ਤੇ ਸਾਨੂੰ ਵੀ ਅੱਛਾ ਨਹੀਂ ਲੱਗੇਗਾ, ਜ਼ਿਆਦਾ ਮੁਨਾਫਾ ਕਮਾਉਂਦੇ ਹੋਏ। ਸਰ ਜੀ, ਇਹ ਤੁਹਾਡੇ ਬੜੇ ਖੂਬਸੂਰਤ ਜਾਨਵਰ ਨੇ। ਹਾਂਜੀ, ਇਹ ਦਿਖਾਇਆ ਹੰਦਰਾ ਮੈਂ। ਇਹ ਸਾਥ ਵਾਲਾ ਤਾਂ ਬਹੁਤ ਹੀ ਖੂਬਸੂਰਤ ਹੈ ਸਰ ਜੀ। ਇਹ ਜੋੜੀ ਹੈ? ਹਾਂਜੀ ਭਰਾ ਜੀ। ਸਰ ਜੀ, ਕਿਹੜੀ ਨਸਲ ਹੈ? ਕਜਲਾ ਜਨਾਬ। ਕਜਲਾ ਹੈ ਸਰ ਜੀ? ਕਈਆਂ ਦੇ ਉੱਤੇ ਅੱਖਾਂ ਦੇ ਉੱਤੇ ਕਜਲੇ ਦੇ ਮੇਰੇ ਖਿਆਲ ਇਹਨਾਂ ਦੀ ਵਜ੍ਹਾ ਤੋਂ ਇਹਨਾਂ ਨੂੰ ਕਹਿ ਰਹੇ ਹੁੰਦੇ, ਲੇਕਿਨ ਇਹਨਾਂ ਦੇ ਉੱਤੇ ਹੈ ਹੀ ਨਹੀਂ। ਇਹ ਕੁਦਰਤੀ ਅਮਲ ਹੈ ਭਾਅ ਜੀ। ਅੱਛਾ, ਕਿਸੇ ਕਿਸੇ ਦੇ ਹੁੰਦੇ ਨੇ? ਕਿਸੇ ਕਿਸੇ ਦੇ ਹੁੰਦੇ ਨੇ, ਕਿਸੇ ਦੇ ਨਹੀਂ ਹੁੰਦੇ।
कोई कक्का कजला हुंदा, कोई काली अखां दे विच हुंदा, बड़े वड्डे वड्डे ने, कोई पांच निशाना च हुंदा, कोई तीन निशाना च हुंदा। सही, ये मुंह से क्या है? ये भी मेरे हाथ दोंदा ही है, ये दांत दिखा दे। और ये कान भी देख ले ना, कितने प्यारे, और मुंह से भी माशाल्लाह कितना ही प्यारा जानवर है ये। सर ये की डिमांड कर दो, ਇਹਦੀ ਭਾਈ 50,000 ਹਾਂ ਜੀ। ਤੇ ਫਾਈਨਲ 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 ਹੀ ਹੈ, ਫਾਈਨਲ ਫਾਈਨਲ ਬਾਜ਼ਾਰ ਦੇ ਵਿੱਚ ਜਾਈਏ ਫਿਰ 90-95,000 ਮੰਗੀਦਾ। ਸਹੀ ਹੈ, ਮਤਲਬ ਭਾਈ ਜਿਹੜੇ ਤੁਸੀਂ ਤੁਹਾਡੇ ਕੋਲ ਇੱਥੇ ਬੰਦੇ ਜਿਹੜੇ ਕੰਮ ਕਰਦੇ ਜਿਹੜੇ ਜਾਨਵਰ ਲੈ ਕੇ ਸੇਲ ਕਰਨ ਜਾਂਦੇ ਨੇ, ਹਾਂਜੀ ਹਾਂਜੀ, ਤੇ ਉਹਨਾਂ ਦੇ ਮੁਤਾਬਿਕ ਤੁਸੀਂ ਸਾਨੂੰ ਇੱਥੇ ਜਿਹੜਾ ਫਾਈਨਲ ਫਾਈਨਲ ਰੇਟ ਫਾਈਨਲ ਫਾਈਨਲ ਦੱਸ ਉਹ ਜ਼ਿਆਦਾ ਰੇਟ ਦੱਸਦੇ ਤਾਂ ਕਿ ਫਿਰ ਉਸ ਤੋਂ ਥੱਲੇ ਆਉਂਦੇ ਨੇ। ਬਿਲਕੁਲ ਬਿਲਕੁਲ ਸਹੀ। ਤੇ ਸਰ ਜੀ ਇਹ ਜੋੜੀ ਦਾ ਤੁਸੀਂ ਕਹਿ ਰਹੇ ਕਿੰਨਾ ਫਾਈਨਲ ਲੱਗੇਗਾ? ਫਾਈਨਲ 95,000 ਦੀ ਦੇ ਦੇਗਾ ਦੋਵੇਂ। ਸਹੀ ਹੈ, ਮਤਲਬ ਇੱਕ ਜਿਹਾ ਸਾਈਜ਼ ਦੇ, ਲੇਕਿਨ ਜ਼ਿਆਦਾ ਖੂਬਸੂਰਤ। ਹਾਂਜੀ ਸਰ ਜੀ, ਤੁਹਾਡਾ ਇਸ ਤਰ੍ਹਾਂ ਸਾਰਿਆਂ ਤੋਂ ਵੱਡਾ ਜਾਨਵਰ ਕਿਹੜਾ? ਸਾਡਾ ਸਾਰਿਆਂ ਤੋਂ ਵੱਡਾ ਜਾਨਵਰ ਕੋਇਲਾ। ਸਰ ਜੀ ਉਹ ਕਦੋਂ ਆਇਆ? ਉਹ ਜਨਾਬ ਉਹਨੂੰ ਹੋ ਗਿਆ ਨਾ, ਮਹੀਨਾ ਕੁ ਹੋ ਗਿਆ। ਮਹੀਨਾ ਕੁ ਹੋ ਗਿਆ? ਹਾਂਜੀ। ਤੇ ਮਹੀਨੇ ਦੇ ਵਿੱਚ ਟੋਟਲ ਉਹ ਇਕੱਲੇ ਦੇ ਉੱਤੇ ਕਿੰਨਾ ਖਰਚਾ ਆ ਗਿਆ? ਤਕਰੀਬਨ ਕੋ 25,000 ਰੁਪਏ, 25-30,000 ਰੁਪਏ ਖਰਚਾ ਆ ਗਿਆ। 30,000 ਰੁਪਏ ਇਕੱਲੀ ਖਰਚਾ ਆ ਗਿਆ? ਹਾਂਜੀ। ਮਹੀਨੇ ਦਾ? ਬਿਲਕੁਲ। ਖਾਂਦਾ ਕੀ? ਇਹ ਖਾਂਦਾ ਭਾਜੀ, ਇਹ ਵੇ ਦਾਣਾ ਖਾਂਦਾ, ਦਲੀਆ ਖਾਂਦਾ। ਚਲਾਏ ਨਾ, ਮੈਂ ਦਿਖਾਏ ਦਰ ਆ ਜੀ। ਜੀ ਨਾਜ਼ਰੀਨ, ਇਹ ਇਨਕੇ ਬਾਦ ਸਭ ਤੋਂ ਵੱਡਾ ਜਾਨਵਰ ਹੈ। ਸੱਜਿਆ ਵੀ ਕਰਜਲਾ ਹੈ। ਹਾਂਜੀ ਭਰਾ ਜੀ, ਇੱਥੇ ਜ਼ਰਾ ਖੋਲ੍ਹਣੇ, ਚਲਾ ਕੇ ਦਿਖਾਏ ਦਰ ਇੱਥੇ। ਜੀ ਨਾਜ਼ਰੀਨ, ਦੇਖ ਲੈ ਚਾਲ ਢਾਲ ਤੇ, ਔਰ ਕਾਫੀ ਤਾਕਤਵਰ ਲੱਗ ਰਿਹਾ, ਜੋ ਕਿ ਨਾ ਬਾਈ ਕੋ ਵੀ ਘੁਮਾ ਰਿਹਾ ਆਪਣੇ ਸਾਥ। ਸੱਜੀ ਇਹਦੇ ਕੰਦ ਉਹਦੇ ਨਾਲ ਵੀ ਵੱਡੇ ਨੇ। ਸੱਜੀ ਇਹਦੀ ਕੀ ਡਿਮਾਂਡ ਕਰਦੇ ਪਏ? ਇਹਦੀ ਭਾਈ 2,00,000। 2,00,000 ਰੁਪਇਆ? ਹਾਂਜੀ। ਤੇ ਫਾਈਨਲ ਫਾਈਨਲ? ਫਾਈਨਲ ਫਾਈਨਲ ਹੈ। ਤੇ ਸਰ ਜੀ ਕੀ ਨਾਮ ਇਹਦਾ? ਕਜਲਾ ਜਾਨਵਰ ਹੈ। ਹਾਂਜੀ। ਮੂੰਹ ਕੀ ਹੈ? ਚੋਗਾ। ਚੋਗਾ? ਹਾਂਜੀ। ਤੇ ਸਰ ਜੀ ਇਹ ਚੋ ਕਿੰਨਾ ਕੁ ਸਾਫੀ ਕੁਸ਼ਨ ਨਿਕਲ ਆਏਗਾ? ਇਹਦੇ ਭਾਈ 70 ਕਿਲੋ ਨਿਕਲ ਆਏਗਾ। 70 ਕਿਲੋ ਨਿਕਲ ਆਏਗਾ? ਤੇ ਸਰ ਜੀ ਕੋਈ ਬੰਦਾ ਅਗਰ ਇਹਦਾ ਰੇਟ ਸ਼ੇਟ ਲਾ ਕੇ ਗਿਆ? ਨਹੀਂ ਹਾਲੇ ਕੋਈ ਵੀ ਨਹੀਂ, ਹਾਲੇ ਨਹੀਂ। ਤੇ ਇਹਨੂੰ ਤੁਸੀਂ ਮੰਡੀ ਵਾਲੀ ਸਾਈਡ ਵਾਲ ਕਿਉਂ ਨਹੀਂ ਲੈ ਕੇ ਹਾਲੇ ਤੱਕ? ਨਹੀਂ, ਇਹ ਇਹਦੇ ਨਜ਼ਦੀਕ ਵਿਕਦੇ ਨੇ ਨਾ, ਜਿਹੜੇ ਸਮਝ ਲਓ ਕੋਈ, ਮਤਲਬ ਹਾਲੇ ਖਰੀਦਦਾਰ ਇਹਨਾਂ ਦਾ ਇੰਨਾ ਇੰਟਰਸਟ ਨਹੀਂ ਆ ਖਰੀਦਣ ਦੇ ਵਿੱਚ, ਮਤਲਬ ਭਾਈ ਇਹਦੇ ਕੋਲ ਕੋਲ ਹੀ ਖਰੀਦਦਾ? ਇਹ ਖਰੀਦਣ ਸ਼ਹਿਰਦਾਰ। ਸਹੀ ਹੈ, ਤੇ ਸ਼ਹਿਰਦਾਰਾਂ ਦਾ ਘਰ ਪੱਕੇ ਨੇ, ਤੋ ਈਦ ਦੇ ਨਜ਼ਦੀਕ ਹੀ ਖਰੀਦਦੇ ਆ। ਹਾਂਜੀ। ਤੇ ਸਰ ਜੀ ਹਰ ਟਾਈਮ ਇੱਥੇ ਹੀ ਹੁੰਦੇ ਆ? ਹਾਂਜੀ ਭਰਾ ਜੀ। ਸਰ ਜੀ ਆਪਣਾ ਨੰਬਰ ਸ਼ੰਬਰ ਦੱਸ ਦਿਓ ਤਾਂ ਕਿਸੇ ਭਰਾ ਨੇ ਲੈਣਾ ਹੈ ਤੁਹਾਨੂੰ ਨਾਲ। 0333-8270-564 0333-8270-564 8270-564 564 ਸਰ ਜੀ ਆਪਣੇ ਪਾਸ ਕੋਈ ਬੱਕਰਾ ਸ਼ਕਰਾ ਵੀ ਰੱਖਾ ਹੋਇਆ? ਬੱਕਰਾ ਵੀ ਆ, ਛੋਟੇ ਲੈ ਕੇ ਆਓ। ਜੀ ਨਾਜ਼ਰੀਨ, ਇਨਕੇ ਬਾਅਦ ਜੇ ਜੋਂਦਾ ਕਜਲਾ ਹੈ, ਬਹੁਤ ਹੀ ਖੂਬਸੂਰਤ ਜਾਨਵਰ ਹੈ। ਇਨਕੇ ਬਾਅਦ ਇੱਕ ਔਰ ਬਹੁਤ ਹੀ ਖੂਬਸੂਰਤ ਬੱਕਰਾ ਹੈ, ਉਹ ਅੰਦਰ ਸੇ ਲੈ ਕਰ ਆਨੇ ਲਗੇ ਹੈ, ਔਰ ਵੋ ਵੀ ਹਮ ਆਪਕੋ ਦਿਖਾਤੇ ਹੈਂ, ਔਰ ਇਨਸੇ ਰੇਟ ਪੁੱਛ ਕਰ ਬਤਾਤੇ ਹੈਂ ਕਿ ਯੇ ਕਿਸ ਰੇਟ ਪਰ ਆਪਣਾ ਯੇ ਜਾਨਵਰ ਸੇਲ ਕਰ ਰਹੇ ਹੈਂ। ਸਰ ਜੀ ਇਹ ਕਿਹੜਾ? ਰਾਜਨਪੁਰੀ ਹੈ? ਜੀ ਜੀ, ਇਹ ਰਾਜਨਪੁਰੀ ਬੱਕਰਾ ਜਨਾਬ। ਸਰ ਜੀ ਮੂੰਹ ਕੀ ਹੈ? ਇਹ ਮੂੰਹ ਚੋਗਾ। ਚੋਗਾ? ਹਾਂਜੀ। ਸਰ ਜੀ ਇਹਦੀ ਕੀ ਡਿਮਾਂਡ ਕਰਦੇ? ਇਹਦੀ ਭਾਈ 170 ਕਰਦੇ ਹਾਂ। 170? ਹਾਂਜੀ। ਤੇ ਕਿੰਨਾ ਗੋਸ਼ਾ ਸਾਫੀ ਨਿਕਲ ਆਇਆ? ਇਹਦੇ ਵਿੱਚ ਵੀ ਤਕਰੀਬਨ ਇੰਨਾ ਹੀ, ਤਕਰੀਬਨ 70-65 ਕਿਲੋ ਦੇ ਕਰੀਬ ਹੈ। ਬੱਚਾ ਲਿਆ ਕੇ ਪਾਲਿਆ ਸੀ ਕਿ ਵੱਡੀ ਲਿਆਂਦਾ? ਨਹੀਂ ਨਹੀਂ, ਵੱਡੇ ਹੀ ਲਿਆਂਦਾ ਭਾਈ ਜਾਨ। ਤੁਸੀਂ ਇਹ ਸਾਰੇ ਜਾਨਵਰ ਵੱਡੀ ਹੁੰਦੇ ਹੋ? ਹਾਂਜੀ, ਸਾਡਾ 12 ਮਹੀਨੇ, 12 ਮਹੀਨੇ ਦਾ ਭਾਜੀ ਇਹੀ ਕੰਮ ਹੈ। ਸਹੀ ਹੈ, ਮਤਲਬ ਬਾਹਰੋਂ ਸ਼ਹਿਰਾਂ ਤੋਂ ਲਿਆਉਂਦੇ ਹੋ ਜਾਨਵਰ ਤੇ ਸੇਲ ਕਰ ਦਿੰਦੇ? ਹਾਂਜੀ, ਉਹ ਵੀ ਲੈ ਕੇ ਆ, ਟੈੜੇ ਵੀ ਲੈ ਕੇ ਆ। ਟੈੜੇ ਬੱਕਰੇ ਵੀ ਆਨੇ? ਹਾਂਜੀ। ਸਹੀ ਹੈ, ਸਾਡੀ ਉਹ ਕਿੰਨੇ ਨੇ? ਉਹ ਵੀ ਤਕਰੀਬਨ 3-4 ਹੈ ਨੇ। 3-4 ਹੈ ਨੇ? ਹਾਂਜੀ। ਸਾਡੀ ਲੋਕੀ ਟੈਡੀ ਬੱਕਰੇ ਜ਼ਿਆਦਾ ਪਸੰਦ ਕਰਦੇ ਨੇ, ਬੱਕਰੇ ਕਰਦੇ ਨੇ ਕਿ ਲੇਲੇ ਕਰਦੇ ਨੇ? ਬਸ ਛਤਰਾ ਜ਼ਿਆਦਾ ਹੁੰਦਾ, ਬੱਕਰਾ ਬਹੁਤ ਘੱਟ ਹੁੰਦਾ, ਤੇ ਟੈੜੇ ਜਿਹੜੇ ਨੇ ਉਹ ਮਖਸੂਸ ਇੱਕ ਛੋਟਾ ਜਿਹਾ ਤਬਕਾ ਹੈ, ਉਹ ਜਿਹੜਾ ਟੈੜੇ ਕਰਦਾ, ਕਿਉਂਕਿ ਉਹ ਜ਼ਿਆਦਾ ਮਹਿੰਗੇ ਹੁੰਦੇ ਨੇ। ਉਹ ਮਹਿੰਗੇ ਹੁੰਦੇ? ਉਹਦੀ ਕੀ ਵਜ੍ਹਾ? ਬਸ ਉਹ ਉਹਦੀ ਹਾਈਟ ਵੀ ਛੋਟੀ, ਉਹਦੀ ਹਾਈਟ ਵੀ ਛੋਟੀ, ਗੋਸ਼ਤ ਵੀ ਥੋੜ੍ਹਾ, ਮਗਰ ਨਾ ਜਿਹੜੇ ਅਮੀਰ ਆਦਮੀ ਨੇ ਨਾ, ਉਹਨਾਂ ਨੇ ਗਰੀਬ ਦੀ ਪਹੁੰਚ ਤੋਂ ਦੂਰ ਕਰ ਦਿੱਤਾ। ਜੀ ਮਾਸ਼ਾਅੱਲਾ, ਬਹੁਤ ਹੀ ਖੂਬਸੂਰਤ ਟੈਡੀ ਬੱਕਰਾ। ਸਰ ਜੀ ਇਹਦੀ ਕੀ ਡਿਮਾਂਡ ਕਰਦੇ? ਇਹਦੀ ਭਾਈ 65,000 ਰੁਪਇਆ। 65,000 ਰੁਪਇਆ? ਹਾਂਜੀ। ਤੇ ਜੋੜੀ ਤੁਹਾਡੇ ਕੋਲ ਉਹ ਵੀ ਏਡਾ ਕੋਈ ਹੈ? ਹਾਂਜੀ। ਤੇ ਜੋੜੀ ਦਾ ਕੀ ਫਾਈਨਲ ਫਾਈਨਲ ਲੱਗ ਜਾਏਗਾ? ਫਾਈਨਲ 1-20 ਦੇ ਦੇਵਾਂਗੇ ਦੋ। ਠੀਕ ਹੈ। ਤੇ ਮੂੰਹ ਦੋਨੇ ਦੋਂਦੇ ਨੇ? ਹਾਂਜੀ, ਇੱਕ ਦੋਂਦਾ ਇੱਕ ਚੋਗਾ। ਸਹੀ ਹੈ। ਸਰ ਜੀ ਆਪਣਾ ਨੰਬਰ ਇੱਕ ਵਾਰੀ ਫਿਰ ਦੁਬਾਰਾ ਰਿਪੀਟ ਕਰ ਦਿਓ ਤਾਂ ਕਿ 0333-8270-564 ਜੀ ਨਾਜ਼ਰੀਨ, ਇਹ ਇਨਕਾ ਨੰਬਰ ਆਪਕੋ ਹਮ ਡਿਸਕ੍ਰਿਪਸ਼ਨ ਮੇਂ ਦੇ ਦੇਂਗੇ। ਅਗਰ ਕਿਸੀ ਭਾਈ ਨੇ ਲੈਣਾ ਹੋ ਤੋ ਚਮਨ ਸ਼ਾਹ ਬੜਾ ਕਬਰਸਤਾਨ ਕੇ ਬਾਅਦ ਅਗਰ ਕਿਸੀ ਭਾਈ ਨੇ ਲੈਣਾ ਹੋ ਤੋ ਇਨਸੇ ਰਾਬਤਾ ਕਰ ਸਕਤਾ ਹੈ, ਇਨਕਾ ਨੰਬਰ ਹਮ ਆਪਕੋ ਡਿਸਕ੍ਰਿਪਸ਼ਨ ਮੇਂ ਦੇ ਦੇਂਗੇ। ਅਬ ਹਮੇਂ ਇਜਾਜ਼ਤ ਦੇਂ, ਸ਼ੁਕਰੀਆ।